ਜੋ ਲੈਤੇ ਪੱਕੀ ਰੋਟੀ ਸੱਚੇ ਮਿੱਟੀ ਚੁਗਦੀ ਫਸਲ ਸੱਚੇ ਖੁਰਦੀ ਪਾਣੀ ਸੱਚੇ ਸਤ ਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ ਬਹੁਤ ਬਹੁਤ ਸਵਾਗਤ ਬੀਬੀ ਸੀ ਨਿਊਜ਼ ਪੰਜਾਬੀ ਤੇ ਸੀਮਾ ਜੀ ਤੁਹਾਡਾ ਸਤਿਕਾਰ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਸੋ ਮੱਚ ਸਮੀਲ ਤੇ ਥੈਂਕਸ ਬਹੁਤ ਬਹੁਤ ਬੀਬੀ ਸੀ ਨਿਊਜ਼ ਦਾ ਤੇ ਸਾਰੀ ਟੀਮ ਦਾ ਚਾਚੀ ਤਾਈ ਮਾ ਪੂਆ ਕਈ ਕਿਰਦਾਰ ਪਰ ਸੁਪਨਾ ਵਿੱਚ ਤੁਸੀਂ ਕੁਪੱਤੀ ਤਾਈ ਕਿਉਂ ਬਣ ਗਏ ਭਾਈ ਇੱਕ ਆਰਟਿਸਟ ਨੂੰ ਤਾਂ ਇਹ ਹੁੰਦਾ ਕਿ ਵੀ ਮੈਂ ਹਰ ਕਿਰਦਾਰ ਜੀਵਾਂ ਕਿਉਂਕਿ ਜਦੋਂ ਤੁਹਾਡੇ ਅੰਦਰ ਬਹੁਤ ਕੁਝ ਛੁਪਿਆ ਹੁੰਦਾ ਹੈ ਤੇ ਤੁਸੀਂ ਇੱਕ ਜਿਹੜੀ ਹੈਗੀ ਹੈ ਬੰਦਿਸ਼ ਦੇ ਵਿੱਚ ਨਾ ਵੱਜ ਕੇ ਰਹੋ ਤੁਸੀਂ ਹਰ ਕੈਰੈਕਟਰ ਨੂੰ ਜੀਓ ਸੋ ਮੇਰੀ ਇਹੀ ਹਮੇਸ਼ਾ ਹੀ ਭੁੱਖ ਰਹਿੰਦੀ ਹੈ ਕਿ ਮੈਂ ਹਰ ਕੈਰੈਕਟਰ ਨੂੰ ਨਿਭਾਵਾਂ ਹੁਣ ਤਾਂ ਤੁਸੀਂ ਮਲਟੀਪਲ ਕਿਰਦਾਰ ਵੀ ਅਦਾ ਕਰ ਰਹੇ ਹੋ ਹਾਲੇ ਵੀ ਉਹ ਭੁੱਖ ਕਾਇਮ ਹੈਗੀ ਹੈ ਕਿ ਕਿਰਦਾਰਾਂ ਨੂੰ ਹੋਰ ਜੀਉਣ ਦੀ ਦੇਖੋ ਕਿ ਜਿਹੜਾ ਐਕਟਰ ਹੈ ਨਾ ਮੈਨੂੰ ਲੱਗਦਾ ਹੈ ਕਿ ਉਹਦੀ ਭੁੱਖ ਮਰਨੀ ਨਹੀਂ ਚਾਹੀਦੀ ਮੈਨੂੰ ਲੱਗਦਾ ਜਿੰਨੀ ਦੇਰ ਤੱਕ ਮੈਂ ਇਸ ਦੁਨੀਆ ਤੇ ਜਿੰਨੀ ਦੇਰ ਤੱਕ ਮੈਂ ਕੰਮ ਕਰਦੀ ਰਹੂੰਗੀ ਸੋ ਭੁੱਖ ਮੇਰੀ ਓਨੇ ਵੱਧੇ ਜਾਊਗੀ ਤੇ ਮੈਨੂੰ ਲੱਗਦਾ ਭੁੱਖ ਤਾਂ ਕਦੇ ਖਤਮ ਨਹੀਂ ਹੋਣੀ ਸੋ ਸਿੱਖਣ ਨੂੰ ਵੀ ਬਹੁਤ ਕੁਝ ਚਾਹੀਦਾ ਹੈ ਤੇ ਕਰਨ ਨੂੰ ਵੀ ਬਹੁਤ ਕੁਝ ਚਾਹੀਦਾ ਹੈ ਹਾਂ ਪਰ ਸੁਫਨਾ ਦੇ ਵਿੱਚ ਜਦੋਂ ਮੈਂ ਇਹ ਕਿਰਦਾਰ ਕੀਤਾ ਜਿੱਦਾਂ ਮੈਨੂੰ ਆਪਣੇ ਦਰਸ਼ਕਾਂ ਦੇ ਆ ਰਹੇ ہیں ਅੱਜ ਤੱਕ ਬਹੁਤ ਫੋਨ ਆ ਰਹੇ ہیں ਤੇ ਬਾਹਰੋਂ ਵੀ ਬੜੇ ਆ ਰਹੇ ਨੇ ਵੀ ਸੀਮਾ ਜੀ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਪਰ ਤਾਰੀਫ ਵੀ ਬਹੁਤ ਮਿਲਦੀ ਹੈ ਤਾਂ ਮੈਨੂੰ ਅੱਛਾ ਲੱਗਦਾ ਹੈ ਕਿ ਮੈਂ ਹੁਣ ਇਸ ਤੋਂ ਵੀ ਵੱਖਰਾ ਕਰਾਂ ਬਤੌਰ ਆਰਟਿਸਟ ਸੀਮਾ ਕੌਸ਼ਲ ਦੀ ਇੰਨੇ ਸਾਲ ਸੰਘਰਸ਼ ਕਰਨ ਤੋਂ ਬਾਅਦ ਕਦਰ ਪੈ ਗਈ ਹੈ ਇੰਡਸਟਰੀ ਵਿੱਚ ਬਹੁਤ ਵਧੀਆ ਜੇ ਅਸੀਂ ਰੇਡੀਓ ਤੇ ਇੰਨਾ ਕੁਝ ਸਿੱਖਿਆ ਦੂਰਦਰਸ਼ਨ ਤੋਂ ਇੰਨਾ ਕੁਝ ਸਿੱਖਿਆ ਤਾਂ ਉਹ ਸਾਰੇ ਦੀ ਸਾਡੀ ਕਦਰ ਪਈ ਹੈ ਤੇ ਉਹ ਸਾਡੀ ਕਦਰ ਮੈਂ ਜੇ ਕਹਾ ਬਹੁਤ ਵਧੀਆ ਸਾਨੂੰ 100% ਮਿਲ ਰਿਹਾ ਹੈ ਉਸ ਕਦਰ ਦਾ ਜਿਹੜਾ ਉਹ ਸਾਡੀ ਮਿਹਨਤ ਹੈ ਨਾ ਤੇ ਜਿਹੜਾ ਸਾਨੂੰ ਉਹ ਕੰਮ ਮਿਲਿਆ ਉਸ ਪਲੇਟਫਾਰਮ ਤੇ ਕੰਮ ਮਿਲਿਆ ਉਹਦੀ ਬਦੌਲਤ ਅਸੀਂ ਜੇ ਕਹੀਏ ਕਿ ਸਾਨੂੰ ਫਿਲਮੀ ਜਿਹੜੀ ਦੁਨੀਆ ਉਹਨਾਂ ਨੇ ਬਹੁਤ ਸਾਡੀ ਕਦਰ ਪਾਈ ਹੈ ਇਹ ਤਾਂ ਮੈਂ ਕਹਿ ਹੀ ਨਹੀਂ ਸਕਦੀ ਇਹ ਬਾਲੀਵੁੱਡ ਕਿਵੇਂ ਪਛਾਣ ਕਰਦਾ ਹੈ ਇੱਥੋਂ ਦੇ ਆਰਟਿਸਟ ਦੀ ਰੀਜਨਲ ਸਿਨੇਮਾ ਦੇ ਕਿਉਂਕਿ ਬਹੁਤ ਸਾਰੇ ਯੂਥ ਜਿਹੜਾ ਉਹ ਸਾਨੂੰ ਜਿਹੜੇ ਬਰਡਿੰਗ ਆਰਟਿਸਟ ਨੇ ਉਹ ਵੀ ਦੇਖ ਰਹੇ ਨੇ ਉਹ ਵੀ ਜਾਨਣਾ ਚਾਹੁੰਦੇ ਹੋਣਗੇ ਮੈਨੂੰ ਉੱਥੇ ਜਾ ਕੇ ਕੋਈ ਸਟਰਗਲ ਨਹੀਂ ਕਰਨੀ ਪਈ ਪਤਾ ਨਹੀਂ ਕਿਦਾਂ ਸਬਬ ਬਣ ਗਿਆ ਕਿ ਮੈਨੂੰ ਉਹਨਾਂ ਨੇ ਲੱਭ ਲਿਆ ਮੈਨੂੰ ਉਹਨਾਂ ਨੇ ਲੱਭ ਲਿਆ ਤੇ ਮੈਨੂੰ ਇਦਾਂ ਕਾਲ ਆਈ ਵੀ ਇਹ ਕਰਕੇ ਵੀ ਤੁਹਾਨੂੰ ਆ ਨਾ ਤੇ ਉਹ ਸੀ 382 ਹਿੰਦੀ ਮੂਵੀ ਮੇਰੀ ਉਸ ਤੋਂ ਬਾਅਦ ਉਮਪਰੀ ਜੀ ਨਾਲ 86 ਦੀਪਕ ਸੀਗੇ ਤੇ ਉਹਨਾਂ ਦੇ ਨਾਲ ਜਦੋਂ ਮੈਂ ਇਹ ਫਿਲਮ ਕੀਤੀ ਤਾਂ ਸੈਕਿੰਡ ਟਾਈਮ ਜਦੋਂ ਮੇਰੇ ਕੋਲੇ ਆਈ ਲਵ ਸ਼ਬ ਤੇ ਚਿਕਨ ਖੁਰਾਣਾ ਉਹ ਮੈਨੂੰ ਸਿੱਧੀ ਸਕ੍ਰਿਪਟ ਘਰ ਆ ਗਈ ਸੀ ਵੀ ਸੀਮਾ ਜੀ ਆ ਤੁਹਾਡਾ ਕਰੈਕਟਰ ਹੈ ਲਤਾ ਚਾਚੀ ਦਾ ਤੇ ਤੁਸੀਂ ਇਹ ਕਰ ਰਹੇ ਹੋ ਸੋ ਮੈਂ ਕਹਾਂ ਕਿ ਮੈਨੂੰ ਉਸ ਇੰਡਸਟਰੀ ਦੇ ਵਿੱਚ ਵੀ ਬਹੁਤ ਪਿਆਰ ਤੇ ਸਤਿਕਾਰ ਮੈਂ ਮੇਰੀਆਂ ਅੱਖਾਂ ਦੇ ਵਿੱਚ ਕਦੇ-ਕਦੇ ਅੰਸੂ ਆ ਜਾਂਦੇ ਸੀ ਕਿ ਮੈਂ ਇਹ ਨਹੀਂ ਸੋਚਿਆ ਸੀ ਕਿ ਇੰਨਾ ਕੁਛ ਐਨਾ ਦੇ ਵੀ ਮੈਨੂੰ ਐ ਮਿਲ ਜੇਗਾ ਸੋ ਉਹ ਪਰਮਾਤਮਾ ਦਾ ਤੇ ਮੈਂ ਆਪਣੇ ਹਨਾ ਸਾਰੇ ਡਾਇਰੈਕਟਰ ਸਾਹਿਬਾਨ ਦਾ ਸ਼ੁਕਰੀਆ ਹੀ ਕਰੂੰਗੀ ਬਾਰ-ਬਾਰ ਕਿ ਇਹ ਮੇਰ ਤਾਂ ਦਿਲ ਤੋਂ ਦੁਆਵਾਂ ਨਿਕਲਦੀਆਂ ਨੇ ਕਿ ਮੈਨੂੰ ਉਹਨਾਂ ਨੇ ਬੁਲਾਇਆ ਤੇ ਇੰਨਾ ਵਧੀਆ ਕਰੈਕਟਰ ਦਿੱਤਾ ਤੇ ਹੁਣ ਤਾਂ ਮੈਨੂੰ ਇਹ ਕਦੇ-ਕਦੇ ਹੁੰਦਾ ਕਿ ਕਾਫੀ ਫਿਲਮਾਂ ਮੇਰੇ ਤੋਂ ਬਾਲੀਵੁੱਡ ਦੀਆਂ ਛੁੱਟ ਜਾਂਦੀਆਂ ਨੇ ਸਾਡੀ ਪੰਜਾਬੀ ਫਿਲਮ ਦੇ ਵਿੱਚ ਇੰਨਾ ਬਿਜ਼ੀ ਹੋ ਜਾਈਦਾ ਉਹਨਾਂ ਫਿਲਮਾਂ ਵਿੱਚ ਜਦੋਂ ਓਮਪੁਰੀ ਵਰਗੇ ਨਾਮ ਹੋਣ ਜਾਂ ਉਮੀਦਾਂ ਕਿਰਦਾਰ ਜਿਹੜਾ ਕੁਨਾਲ ਕਪੂਰ ਉਹਨਾਂ ਦੀ ਗੱਲ ਹੈ ਸੋ ਓਮਪੁਰੀ ਕਿਉਂਕਿ ਅੰਦਰ ਤਾਂ ਪੰਜਾਬੀ ਭਰਿਆ ਹੋਇਆ ਹੈ ਨਾ ਹਾਂ ਉੱਠ ਕੇ ਪੰਜਾਬ ਤੋਂ ਜਾਣਾ ਕੁਝ ਹੋਰ ਕੋਈ ਕੋਈ ਦਿਲ ਦੀਆਂ ਗੱਲਾਂ ਵੀ ਕਦੀ ਸਾਂਝੀਆਂ ਹੋਈਆਂ ਨਹੀਂ ਮੇਰਾ ਕਿਉਂਕਿ ਬਹੁਤ ਉਹਦੇ ਵਿੱਚ ਵੀ ਐਨਾ ਕੈਰੇਕਟਰ ਨਹੀਂ ਸੀਗਾ ਪਰ ਬਹੁਤ ਵਧੀਆ ਇਨਸਾਨ ਸੀ ਜਿਹੜਾ ਮਸਤੀ ਕਰਦੇ ਸੀ ਗਾਣੇ ਦੇ ਟਾਈਮ ਅਸੀਂ ਇਕੱਠੇ ਸੀਗੇ ਜਦੋਂ ਮੇਰੇ ਸ਼ਾਟ ਹੋਣੇ ਸੀ ਇਕੱਠੇ ਸੀ ਤਾਂ ਜਦੋਂ ਮੈਂ ਪਹਿਲਾ ਸ਼ਾਟ ਦਿੱਤਾ ਉਸ ਦਿਨ ਸਾਨੂੰ ਉਹਨਾਂ ਨੇ ਕਿਹਾ ਵੀ ਇਹ ਤੁਸੀਂ ਆਪਣੇ ਆਪ ਹੀ ਇੰਪਰੋਵਾਈਜ਼ ਕਰਨਾ ਉਹ ਜਿਹੜਾ ਦੁਕਾਨ ਦੇ ਬਾਹਰ ਬੈਠੇ ਮੱਖੀਆਂ ਜੀਆਂ ਮਾਰਦੇ ਨੇ ਇੱਕ ਸਾਡੀ ਦੋਨਾਂ ਦੀ ਫਾਈਟ ਹੁੰਦੀ ਹੈ ਅਸੀਂ ਇੰਪਰੋਵਾਈਜ਼ ਕਰਨ ਲੱਗ ਗਏ ਉਹ ਮੈਂ ਕਹੀ ਜਾਵਾ ਮੈਂ ਮੈਂ ਤਾਂ ਦੇਖ ਲੈ ਤੇਰੇ ਵਰਗੀ ਐ ਤੇਰੀ ਕੁੜੀ ਐ ਆ ਬਹੁਤ ਕਾਫੀ ਬਹਿਸ ਚੱਲੀ ਉਸ ਤੋਂ ਬਾਅਦ ਉਹਨਾਂ ਨੇ ਉਹ ਮੱਖੀਆਂ ਮਾਰਨ ਵਾਲਾ ਸੁੱਟ ਗਿਆ ਕਹਿੰਦੇ ਜਾ ਮੈਂ ਨਹੀਂ ਤੇਰੇ ਨਾਲ ਬਹਿਸ ਕਰਦਾ ਤੂੰ ਤਾਂ ਬਹੁਤ ਲੜਾਕੀ ਐ ਉਸ ਤੋਂ ਬਾਅਦ ਜਦੋਂ ਸੈੱਟ ਤੇ ਜਾਂਦੀ ਸੀ ਤੂੰ ਤਾਂ ਬਹੁਤ ਲੜਾਕੀ ਐ ਤੂੰ ਤਾਂ ਬਹੁਤ ਲੜਾਕੀ ਐ ਇਸ ਦੌਰ ਤੋਂ ਸਾਰਾ ਮੁੱਲਕੀ ਕੀ ਪੂਰੀ ਦੁਨੀਆ ਹੀ ਗੁਜ਼ਰ ਰਹੀ ਹੈ ਕਰੋਨਾ ਵਾਇਰਸ ਲਾਕਡਾਊਨ ਉਸ ਦਰਮਿਆਨ ਤੁਹਾਡੇ ਅਲਗ-ਅਲਗ ਤੁਸੀਂ ਕੀ ਮਾਹੌਲ ਦੇਖ ਪਾ ਰਹੇ ਹੋ ਲੋਕ ਜਿਹੜੇ ਨੇ ਉਹ ਰੂਲ ਫਾਲੋ ਕਰਦੇ ਨੇ ਜਿੱਦਾਂ ਜਿੱਦਾਂ ਕਿਹਾ ਜਾਂਦਾ ਹੈ ਤੇ ਕੋਈ ਆਪਣੇ ਘਰਾਂ ਤੋਂ ਬਾਹਰ ਮੈਨੂੰ ਲੱਗਦਾ ਅਸੀਂ ਵੀ ਸੀੜੀਆਂ ਉਤਰ ਕੇ ਅੱਜ ਤੱਕ ਨਹੀਂ ਗਏ ਜਦੋਂ ਦਾ ਇਹ ਲਾਕਡਾਊਨ ਹੋਇਆ ਹੈ ਬਿਲਕੁਲ ਵੀ ਤੇ ਜੋ ਜੋ ਜਿੱਦਾਂ ਕੋਈ ਵੈਜੀ ਲੈਣੀ ਆ ਜਾਂ ਫਰੂਟ ਲੈਣਾ ਕੁਝ ਵੀ ਲੈਣਾ ਤਾਂ ਉਹ ਦੀਵਾਰ ਦੇ ਉੱਪਰੋਂ ਹੀ ਉਹ ਵੀ ਜਿਹੜੇ ਆਉਂਦੇ ਆ ਉਹ ਵੀ ਬੜੇ ਵਧੀਆ ਤਰੀਕੇ ਨਾਲ ਆਉਂਦੇ ਆ ਸੋ ਮੇਰਾ ਹੁੰਦਾ ਕਿ ਜੇ ਤੁਸੀਂ ਰੂਲ ਫਾਲੋ ਕਰਦੇ ਆ ਤਾਂ ਤੁਹਾਡੀ ਆਪਣੀ ਸੇਫਟੀ ਹੈ ਅੱਛਾ ਇੱਕ ਫਿਲਮ ਜਿਹੜੀ ਪਿੱਛੇ ਦੇ ਪੋਸਟਪੋਨ ਹੋ ਗਈ ਇਸੇ ਮਾਹੌਲ ਕਰਕੇ ਕੋਰੋਨਾ ਵਾਇਰਸ ਲਾਕਡਾਊਨ ਕਰਕੇ ਪੋਸਤੀ ਰਨਰ ਐਂਡ ਬੀਰ ਹਰਾਮ ਵਾਲੀ ਹੈ ਨਾ ਉਹਦੇ ਵਿੱਚ ਵੀ ਤੁਹਾਡਾ ਬੀਬੀ ਬੀਬੀ ਦਾ ਕਿਰਦਾਰ ਹੈ ਜਿਵੇਂ ਗਲਤ ਨਹੀਂ ਬੀਬੀ ਹਾਂ ਇਸ ਤੋਂ ਪਹਿਲਾਂ ਤੁਸੀਂ ਆਸੀਸ ਵੀ ਕੀਤੀ ਉਹਨਾਂ ਦੇ ਨਾਲ ਹਾਂ ਇਸ ਤਰ੍ਹਾਂ ਜਦੋਂ ਸਿਨੇਮਾ ਮਿਲਦਾ ਹੈ ਸੋਸਾਇਟੀ ਨੂੰ ਤੇ ਉਦੋਂ ਸੀਮਾ ਕੌਸ਼ਲ ਬਤੌਰ ਨਾਗਰਿਕ ਪੰਜਾਬ ਦਾ ਜਾਂ ਇੰਡੀਆ ਦਾ ਕੀ ਸੋਚਦੀ ਹੈ ਕਿ ਅੱਛਾ ਇਹ ਸਿਨੇਮਾ ਵੀ ਹੈਗਾ ਕਿਉਂਕਿ ਕਾਮੇਡੀ ਤੇ ਉਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਬਹੁਤ ਜ਼ਿਆਦਾ ਪ੍ਰਾਊਡ ਵੀ ਮਾਣ ਵੀ ਮਹਿਸੂਸ ਹੁੰਦਾ ਹੈ ਜਿੱਦਾਂ ਅਰਦਾਸ ਵੀ ਹੋ ਗਈ ਅਰਦਾਸ ਕਰਾਂ ਉਹ ਵੀ ਮੇਰੇ ਹੈ ਨਾ ਤਾਂ ਉਹ ਮੇਰੇ ਕਰੈਕਟਰ ਤੁਸੀਂ ਦਾਣਾ ਪਾਣੀ ਰੱਬ ਦਾ ਰੇਡੀਓ ਜਿੰਨੀਆਂ ਵੀ ਇਹ ਸਾਰੀਆਂ ਫਿਲਮਾਂ ਨੇ ਤਾਂ ਮੈਂ ਉਹਨਾਂ ਦੇ ਵਿੱਚ ਹਾਂ ਸੋ ਮੈਨੂੰ ਇਹ ਕਰੈਕਟਰ ਕਰਕੇ ਇੱਕ ਜਦਾ ਪੁਰਾਣਾ ਜਿਹੜਾ ਸੀਮਾ ਕੌਸ਼ਲ ਭਗਵਾਨਪੁਰਾ ਟੱਚ ਕਰ ਆਪਣੇ ਪਿੰਡ ਨੂੰ ਭਗਵਾਨਪੁਰਾ ਹਾਂ ਹਾਂ ਮੈਂ ਉੱਥੇ ਪਹੁੰਚ ਜਾਨੀ ਆ ਅਸੀਂ ਆਪਣੀ ਜ਼ਮੀਨ ਨਾਲ ਜੁੜੇ ਹੋਏ ਆ ਤਾਂ ਉਹ ਸਾਰੀਆਂ ਚੀਜ਼ਾਂ ਜਦੋਂ ਇਹ ਜਿਹੇ کردار ਆਉਂਦੇ ਨੇ ਇਹ ਜਿਹੀਆਂ ਫਿਲਮਾਂ ਹੁੰਦੀਆਂ ਨੇ ਤਾਂ ਅਸੀਂ ਲੱਗਦਾ ਹੈ ਆਪਣੇ ਆਪ ਤੇ ਇੱਕ ਮਾਣ ਮਹਿਸੂਸ ਹੁੰਦਾ ਜਦ ਦਾ ਬੰਦਾ ਪਹਿਲਾਂ ਇਹ ਡਰਦਾ ਹੁੰਦਾ ਵੀ ਮੈਂ ਉਸ ਪਿੰਡ ਚ ਪੈਦਾ ਹੋਇਆ ਜੇ ਸਪਿੰਡ ਨੂੰ ਜਾਣਦਾ ਹੀ ਕੋਈ ਨਹੀਂ ਸੋ ਸਾਨੂੰ ਇਹ ਮਾਣ ਮਹਿਸੂਸ ਹੁੰਦਾ ਕਿ ਅੱਜ ਸਾਡੀਆਂ ਜਿਹੜੀਆਂ ਫਿਲਮਾਂ ਬਣਦੀਆਂ ਨੇ ਉਹਨਾਂ ਪਿੰਡਾਂ ਦੇ ਆਲੇ-ਦਾਲੇ ਘੁੰਮ ਰਹੀਆਂ ਨੇ ਤਾਂ ਸਾਨੂੰ ਉੱਥੇ ਵਾਪਸ ਲੈ ਜਾਂਦੀਆਂ ਨੇ ਇਹ ਇੱਕ ਸਾਡੇ ਲਈ ਪ੍ਰਾਊਡ ਵਾਲੀ ਗੱਲ ਹੈ ਸੋ ਮੈਂ ਉਹ ਇੱਕ ਜਿਹੜੀਆਂ ਗਾਣਾ ਸੀ ਸਤਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ ਹੈਨਾ ਤਾਂ ਆਪਾਂ ਸਤਗੁਰ ਪਿਆਰੇ ਸੱਚੇ ਨੂੰ ਯਾਦ ਰੱਖੀਏ ਸੋ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਤੇ ਅੱਜ ਜੇ ਮੈਂ ਇਸ ਮਾਹੌਲ ਤੇ ਇੱਕ ਗੱਲ ਜ਼ਰੂਰ ਕਹੂੰਗੀ ਕਿ ਜਿਹੜਾ ਇਹ ਵਕਤ ਹੈ ਇਹ ਸਾਨੂੰ ਕੁਝ ਨਾ ਕੁਝ ਸਿਖਾ ਕੇ ਜਾਏਗਾ ਤੇ ਇਹਨੂੰ ਅਸੀਂ ਪੋਜ਼ਿਟਿਵ ਲਈਏ ਕਿਉਂਕਿ ਜਿਹੜਾ ਇੱਕ ਆਦਮੀ ਹੈ ਨਾ ਇਨਸਾਨ ਹੈ ਬਹੁਤ ਚੀਜ਼ਾਂ ਭੁੱਲ ਚੁੱਕਿਆ ਸੀ ਉਹ ਆਪਣੀ ਜ਼ਮੀਨ ਤੋਂ ਉਖੜ ਚੁੱਕਿਆ ਸੀ ਤਾਂ ਉਹ ਪਰਮਾਤਮਾ ਨੇ ਉਹ ਰੱਬੀ ਸ਼ਕਤੀ ਨੇ ਆਪਣੀ ਇੱਕ ਤਾਕਤ ਦਿਖਾਈ ਹੈ ਕਿ ਜੇ ਉਹ ਚਾਹੇ ਤਾਂ ਉਹਦੀ ਚਾਹ ਆਪਾਂ ਕਹਿੰਦੇ ਆ ਨਾ ਕਿ ਉਹਦੀ ਰਜ਼ਾ ਬਿਨਾ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ ਤਾਂ ਉਹਦੀ ਮਰਜ਼ੀ ਬਿਨਾ ਪੱਤਾ ਹਿੱਲ ਵੀ ਨਹੀਂ ਰਿਹਾ ਹਰ ਚੀਜ਼ ਖੜੇ ਕਰਤੀ ਸੋ ਜੀ ਬਹੁਤ ਸ਼ੁਕਰੀਆ ਤੁਹਾਡਾ ਸੀਮਾ ਜੀ ਕਨੈਕਟ ਹੋਣ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਮੇਰੇ ਦਰਸ਼ਕਾਂ ਦਾ ਤੇ ਤੁਹਾਡਾ ਥੈਂਕ ਯੂ ਸੋ ਮੱਚ